ਸਰਦਾਰ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੇ ਅੱਗੇ ਧਰਨਾ ਦੇਣਾ ਹੈ ਕਿ ਸਾਡੇ ਅੱਜ ਕਿਸਾਨ ਵੀਰ, ਮਜ਼ਦੂਰ ਵੀਰ, ਮੁਲਾਜ਼ਮ ਵੀਰ, ਸਾਰਾ ਪੰਜਾਬੀ ਤਾਂ ਭਾਈਚਾਰਾ ਅੱਜ ਸੜਕਾਂ 'ਤੇ ਬੰਬਾਂ ਦੀ ਬਰਸਾਤ, ਗੋਲੀਆਂ ਦੀ ਬਰਸਾਤ, ਪਾਣੀ ਦੀ ਵਿਛਾੜ, ਕਿੱਲਾਂ ਦੀ ਵਿਛਾੜ ਦਾ ਸਾਹਮਣਾ ਕਰ ਰਿਹਾ। ਕਾਂਗਰਸ ਦੇ ਭਗੌੜੇ ਦੀ ਮੈਂ ਤਾਂ ਸਾਹਮਣੇ ਬੋਰਡ ਤੁਸੀਂ ਧਿਆਨ ਨਾਲ ਦੇਖੋ, ਸਾਬਕਾ ਵਿਧਾਇਕ ਲਿਖਿਆ ਤੇ ਕੋਰ ਕਮੇਟੀ ਮੈਂਬਰ ਬੀਜੇਪੀ ਬਰਨਾਲਾ, ਸਾਬਕਾ ਵਿਧਾਇਕ ਤਾਂ ਇਹ ਕਾਂਗਰਸ ਦਾ ਰਿਹਾ ਹੈਗਾ। ਜਿੱਥੇ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਬੜਬਰ ਤੇ ਮਹਿਲ ਕਲਾਂ ਟੋਲ ਪਲਾਜ਼ਾ ਘੇਰ ਕੇ ਜਾਮ ਲਗਾਇਆ ਗਿਆ ਤੇ ਮੋਦੀ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਨੂੰ ਜ਼ੋਰਦਾਰ ਢੰਗ ਨਾਲ ਭੰਡਿਆ, ਉੱਥੇ ਹੀ ਜ਼ਿਲ੍ਹਾ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਤੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੀ ਅਗਵਾਈ ਹੇਠ ਭਾਜਪਾ ਦੇ ਸਵਾਈ ਨੇਤਾ ਤੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਦੀ ਸਥਾਨਕ ਕੋਠੀ ਦਾ ਘਿਰਾਓ ਕਰਕੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ। ਹਾਂਜੀ ਨਰਿੰਦਰ ਜੀ, ਜਿਹੜਾ ਅੱਜ ਬੀਜੇਪੀ ਦੇ ਆਪਣੇ ਆਗੂ ਕੇਵਲ ਸਿੰਘ ਢਿੱਲੋਂ ਦੇ ਕੋਠੀ ਮੂਹਰੇ ਧਰਨਾ ਦਿੱਤਾ ਹੈ, ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਹੈ ਜੀ, ਮੈਂ ਨਰਿੰਦਰ ਸ਼ਰਮਾ, ਸਪੋਕਸ ਪਰਸਨ ਕਾਂਗਰਸ ਪਾਰਟੀ, ਜ਼ਿਲ੍ਹਾ ਕਾਂਗਰਸ ਪਾਰਟੀ ਬਰਨਾਲਾ। ਸਾਡਾ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੇ ਅੱਗੇ ਧਰਨਾ ਦੇਣਾ ਹੈ ਕਿ ਸਾਡੇ ਅੱਜ ਕਿਸਾਨ ਵੀਰ, ਮਜ਼ਦੂਰ ਵੀਰ, ਮੁਲਾਜ਼ਮ ਵੀਰ, ਸਾਰਾ ਪੰਜਾਬੀ ਤਾਂ ਭਾਈਚਾਰਾ ਅੱਜ ਸੜਕਾਂ 'ਤੇ ਬੰਬਾਂ ਦੀ ਬਰਸਾਤ, ਗੋਲੀਆਂ ਦੀ ਬਰਸਾਤ, ਪਾਣੀ ਦੀ ਵਿਛਾੜ, ਕਿੱਲਾਂ ਦੀ ਵਿਛਾੜ ਦਾ ਸਾਹਮਣਾ ਕਰ ਰਿਹਾ, ਜਿਹੜੇ ਕਿ ਬਹੁਤ ਹੀ ਨਿੰਦਣਯੋਗ ਮੋਦੀ ਸਰਕਾਰ ਦੀ ਕਾਰਵਾਈ ਹੈ। ਉਹਦੇ ਵਿਰੋਧ ਦੇ ਵਿੱਚ ਜਿਵੇਂ ਅੱਜ ਭਾਰਤ ਬੰਦ ਹੈ, ਇਸੇ ਤਰ੍ਹਾਂ ਹੀ ਅਸੀਂ ਜ਼ਿਲ੍ਹਾ ਹੈੱਡਕੁਆਟਰ 'ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਰੋਸ ਧਰਨੇ ਦੇ ਰਹੇ ਹਾਂ ਅਤੇ ਨਿੰਦਿਆ ਕਰਦੇ ਹਾਂ ਕਿ ਸਾਡੇ ਅੰਨਦਾਤਾ ਦੇ ਉਹਨਾਂ ਦੇ ਉੱਤੇ ਬਹੁਤ ਵੱਡਾ ਦੁਰਵਿਹਾਰ ਕਰ ਰਹੀ ਹੈ ਸਾਡੀ ਮੋਦੀ ਸਰਕਾਰ। ਪਰ ਇਹ ਜਾਣਦੇ ਨਹੀਂ ਕਿ ਇੱਥੇ ਹਿਟਲਰ ਵਰਗੇ, ਇੱਥੇ ਅੰਗਰੇਜ਼ ਨਹੀਂ ਰਹਿਣ ਦਿੱਤੇ, ਮੋਦੀ ਕਿਹੜੇ ਖੇਤ ਦੀ ਮੂਲੀ ਹੈ। ਕੀ ਮੰਗ ਕਰਦੇ ਹੋ ਕਿਸਾਨਾਂ ਵਾਸਤੇ? ਕਿਸਾਨਾਂ ਵਾਸਤੇ MSP ਜਿਹੜੀ ਸਵਾਮੀ ਰਿਪੋਰਟ ਸੀ ਉਹਨੂੰ ਲਾਗੂ ਕਰਨ ਵਾਸਤੇ ਕਿਸਾਨ ਡਟੇ ਹੋਏ ਨੇ। ਸਾਡੇ ਪਹਿਲਾਂ ਜਿੱਥੇ ਸਰਕਾਰਾਂ ਨੇ 117 ਜਿਹੜੇ ਹੈਗੇ ਨੇ ਸਵਾਮੀਨਾਥਨ ਦੀ ਰਿਪੋਰਟ ਹੈ ਦੇ ਜਿਹੜੇ ਪੁਆਇੰਟ ਨੇ ਉਹ ਓਕੇ ਕਰ ਚੁੱਕੇ ਨੇ। ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਜਦੋਂ ਵੀ ਸਰਕਾਰ ਆਊਗੀ MSP ਗਰੰਟੀ ਨਾਲ ਲਾਗੂ ਕੀਤਾ ਜਾਊਗਾ ਅਤੇ ਕਿਸਾਨਾਂ ਦੀ ਹਰ ਸਮੱਸਿਆ ਨੂੰ, ਮਜ਼ਦੂਰ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕੀਤਾ ਜਾਊਗਾ। ਪਰ ਮੈਂ ਫਿਰ ਬੇਨਤੀ ਕਰਦਾ, ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੇ ਫਿਰ ਆਪਣੇ ਕੋਲ ਵੋਟਾਂ ਮੰਗਣ ਆਉਣੀਆਂ। ਅੱਜ ਤਾਂ ਆਪਣੇ ਆਸੂ ਦੇ ਗਿਲਾਸ ਦੇ ਗੋਲੇ ਸਿੱਟੀ ਜਾਂਦੇ ਨੇ, ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਉਹ ਜਿਹੜੇ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ, ਕਿਸਾਨਾਂ ਨਾਲ ਮਾਰਕੁੱਟ ਕਰ ਰਹੇ ਨੇ, ਸਾਡੇ ਕੋਲੇ ਗਹਾਰੇ ਦੇ ਵਿੱਚ ਹਜੇ ਪਾਥੀਆਂ ਨਹੀਂ ਮੁੱਕਣਗੀਆਂ। ਇਹ ਜਿਹੜੇ ਬੰਬ ਸਿੱਟਦੇ ਆ ਇਹਨਾਂ ਦਾ ਜਿਹੜਾ ਸਮਰਥ, ਜਿਹੜਾ ਇਹਨਾਂ ਦਾ ਜਿਹੜਾ ਮਤਲਬ ਸਵਾਗਤ
ਪਿੰਡਾਂ ਦੇ ਵਿੱਚ ਸਾਥੀਆਂ ਨਾਲ ਕੀਤਾ ਜਾਊਗਾ। ਹੁਣ ਮੈਂ ਫਿਰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਵੀ ਯਾਰ ਹੁਣ ਦੇਖ ਲਓ ਸਰ ਤੇ ਤਸ਼ੱਦਦ ਕਰ ਰਿਹਾ, ਕੱਲ ਨੂੰ ਲੋਕ ਧਰਮ ਦੇ ਆੜ ਦੇ ਵਿੱਚ ਕੋਈ ਪੰਥ ਦੀ ਆੜ ਚ ਲੈ, ਅਕਾਲੀ ਦਲ ਕੱਲ੍ਹ ਨੂੰ ਨਾਲ ਰਲ ਕੇ ਪੰਥ ਦੀ ਆੜ ਚ ਲੈ ਕੇ ਛੋਟੂ ਬੂਟਾ ਮੰਗੂਗਾ। ਤੁਸੀਂ ਲੋਕੋ ਧਰਮ ਦੇ ਵਿੱਚ ਨਾ ਵੰਡੋ, ਸਮਾਜ ਨੂੰ ਧਰਮ ਵਿੱਚ ਨਾ ਲੈ ਕੇ ਜਾਓ, ਕਿਸਾਨਾਂ ਨਾਲ ਖੜੋ ਔਰ ਜਿਨ੍ਹਾਂ ਦੀ ਕਿਸਾਨਾਂ ਦੀ ਜਿੱਤ, ਜੈ ਸੰਘਰਸ਼, ਜੈ ਵੀਰ। ਥੈਂਕ ਯੂ। ਹਾਂਜੀ, ਮਹੇਸ਼ ਕੁਮਾਰ ਲੋਟਾ ਜੀ, ਅਤੇ ਅੱਜ ਜਿਹੜਾ ਕੇਵਲ ਸਿੰਘ ਢਿੱਲੋਂ ਬੀਜੇਪੀ ਦੇ ਆਗੂ ਨੇ ਇਹਨਾਂ ਦੀ ਕੋਠੀ ਘੇਰੀ ਹੈ, ਇਹਨਾਂ ਦੀ ਕੋਠੀ ਮੂਹਰੇ ਧਰਨਾ ਦਿੱਤਾ, ਇਹਦਾ ਕੀ ਕਾਰਨ ਹੈ? ਇਹ ਕਾਂਗਰਸ ਦੇ ਭਗੌੜੇ ਦੀ, ਮੈਂ ਤਾਂ ਸਾਹਮਣੇ ਬੋਰਡ ਤੁਸੀਂ ਧਿਆਨ ਨਾਲ ਦੇਖੋ, ਸਾਬਕਾ ਵਿਧਾਇਕ ਲਿਖਿਆ ਅਤੇ ਕੋਰ ਕਮੇਟੀ ਮੈਂਬਰ ਬੀਜੇਪੀ ਬਰਨਾਲਾ, ਸਾਬਕਾ ਵਿਧਾਇਕ ਤਾਂ ਇਹ ਕਾਂਗਰਸ ਦਾ ਰਿਹਾ ਹੈਗਾ। ਇਹਨੂੰ ਸਿਰਫ ਜੇ ਨੈਤਿਕਤਾ ਦੇ ਆਧਾਰ 'ਤੇ ਥੋੜ੍ਹੀ ਮੋਟੀ ਵੀ ਇਖਲਾਕੀ ਤੌਰ 'ਤੇ ਹੋਵੇ ਤਾਂ ਇਹਨੂੰ ਸਾਬਕਾ ਵਿਧਾਇਕ ਆ ਜਿਹੜਾ ਉਹ ਕੱਟ ਦੇਣਾ ਚਾਹੀਦਾ, ਸਿਰਫ ਕੋਰ ਕਮੇਟੀ ਮੈਂਬਰ ਰਹਿਣਾ ਚਾਹੀਦਾ ਹੈਗਾ। ਜੋ ਅੱਜ ਦਾ ਧਰਨਾ ਇਹ ਅਸੀਂ ਇੱਥੇ ਲਾਇਆ ਗਾ, ਇਹ ਜੋ ਕਿਸਾਨ ਮਜ਼ਦੂਰਾਂ ਨਾਲ ਮੋਦੀ ਸਰਕਾਰ, ਖੱਟੜ ਸਰਕਾਰ ਅੱਤਿਆਚਾਰ ਕਰ ਰਹੀ ਹੈਗੀ, ਉਸ ਦੇ ਵਿਰੋਧ ਵਿੱਚ ਲਾਇਆ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆ, ਹਜੇ ਤਾਂ ਜਿਹੜੇ ਕਿਸਾਨ ਆ ਹਰਿਆਣੇ ਵਿੱਚ ਐਂਟਰ ਵੀ ਨਹੀਂ ਹੋਏ। ਹਰਿਆਣੇ ਦੀ ਸਰਹੱਦ ਤੋਂ ਲੈ ਕੇ ਪੰਜਾਬ ਦੇ ਕਿਸਾਨਾਂ ਉੱਪਰ ਜੋ ਅੱਥਰੂ ਗੈਸ ਦੇ ਗੋਲੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ, ਉਹ ਮਾਨ ਸਰਕਾਰ ਵੀ ਉਹ 'ਚ ਮੂਕ ਦਰਸ਼ਕ ਬਣੀ ਬੈਠੀ ਹੈ। ਕਿਸਾਨਾਂ ਲਈ ਕੇਂਦਰ ਦੀ ਸਰਕਾਰ ਨਾਲ ਰਲੀ ਹੋਈ ਹੈਗੀ। ਕਿਸਾਨਾਂ ਲਈ ਕੀ ਮੰਗ ਕਰਦੇ ਹੋ? MSP ਦਾ ਜਿਹੜਾ ਹੈਗਾ, ਕਾਂਗਰਸ ਪਾਰਟੀ ਦੇ ਮਾਨਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਸਮਰਥਨ ਕੀਤਾ ਵੀ ਕਾਂਗਰਸ ਦੀ ਸਰਕਾਰ ਆਉਣ 'ਤੇ ਜਿਹੜੀ MSP ਆ ਜਾਂ ਹੋਰ ਮੰਗਾਂ ਨਹੀਂ ਆ, ਬਿਲਕੁਲ ਇਹ ਮੰਗੀਆਂ ਜਾਣਗੀਆਂ। ਅਸੀਂ ਸਮੁੱਚੀ ਬਰਨਾਲੇ ਦੀ ਕਾਂਗਰਸ ਸ਼੍ਰੀ ਰਾਜਾ ਵੜਿੰਗ, ਮਾਨਯੋਗ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਦੀ ਅਗਵਾਈ ਵਿੱਚ ਪੂਰਨ ਤੌਰ 'ਤੇ ਅਸੀਂ ਜੋ ਵੀ ਸਾਡੀ ਡਿਊਟੀ ਕਿਤੇ ਵੀ ਜਾਣ ਦੀ ਲੱਗੂਗੀ ਅਸੀਂ ਪੂਰਨ ਤੌਰ 'ਤੇ ਉਸ ਹੁਕਮ ਦਾ ਪਾਲਣਾ ਕਰਦੇ ਹੋਏ ਉੱਥੇ ਜਾਵਾਂਗੇ। ਧੰਨਵਾਦ।